ਸਾਰਾ ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਵੀਡੀਓ 'ਚ ਜੋ ਮੈਂ ਕਹਿਣਾ, ਪਹਿਲਾਂ ਮੈਂ ਇੱਕ ਲਾਈਨ 'ਚ ਦੱਸਦਾ ਤੁਹਾਨੂੰ ਵੀ ਜੇ ਵੇਰਕਾ ਨਾ ਬਚਿਆ ਤਾਂ ਕਿਸੇ ਨੇ ਨਹੀਂ ਬਚਣਾ। ਬੜਾ ਰੌਲਾ ਪੈ ਰਿਹਾ ਅੱਜ ਕੱਲ੍ਹ ਯੂਟਿਊਬ 'ਤੇ, ਹੋਰ ਵੀ PDFA ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਜੀ ਨੇ ਬੜਾ ਵਧੀਆ ਆਪਣਾ ਪੱਖ ਰੱਖਿਆ ਹੈਗਾ। ਦੇਖੋ, ਵੇਰਕਾ ਜਾਂ ਮਿਲਕ ਪੈਡ ਉਹ ਅਦਾਰਾ, ਮੈਂ ਵੀ 5 ਸਾਲ ਇਹ 'ਚ ਨੌਕਰੀ ਕੀਤੀ ਹੈ। ਹਰ ਸਹਿਕਾਰੀ ਅਦਾਰੇ 'ਚ ਸਮੱਸਿਆਵਾਂ ਹੁੰਦੀਆਂ, ਉਹ ਸਿਸਟਮ ਦੀਆਂ ਸਮੱਸਿਆਵਾਂ ਨੇ, ਹੁੰਦੀਆਂ ਰਹਿਣੀਆਂ ਹਮੇਸ਼ਾ। ਪਰ ਗੱਲ ਇਹ ਹੈ, ਜਦੋਂ ਅਸੀਂ 2 ਰੁਪਈਏ ਦੇ ਲੀਟਰ ਦੇ ਲਾਲਚ ਨੂੰ ਛਾਲਾ ਮਾਰ ਕੇ ਦੂਜੀਆਂ ਬਾਹਰਲੀਆਂ ਸਟੇਟਾਂ ਦੇ ਜਿਹੜੇ ਸਹਿਕਾਰੀ ਅਦਾਰੇ ਹੈ ਉਹਨਾਂ ਨੂੰ ਦੁੱਧ ਪਾਉਣੇ ਆ ਨਾ, ਤਾਂ ਫਿਰ ਅਸੀਂ ਆਪਣੀ ਬੇੜੀ 'ਚ ਆਪ ਹੀ ਵੱਟੇ ਪਾ ਰਹੇ ਹਾਂ। ਮਸਲਾ ਅਸਲੀ ਇਹ ਹੈ, ਬਾਕੀ ਸਮੱਸਿਆਵਾਂ ਸਿਸਟਮ ਦੀਆਂ ਨੇ, ਉਹ ਸਮੇਂ ਨਾਲ ਸੁਧਾਰੀਆਂ ਜਾ ਸਕਦੀਆਂ, ਸਮੇਂ ਨਾਲ ਬਦਲਦੀਆਂ ਰਹਿੰਦੀਆਂ। ਪਰ ਇੱਕ ਗੱਲ ਯਾਦ ਰੱਖਿਓ, ਜਿੰਨੀ ਦੇਰ ਪੰਜਾਬ 'ਚ ਵੇਰਕਾ ਉੰਨੀ ਦੇਰ ਹੀ ਦੁੱਧ ਦਾ ਰੇਟ ਮਿਲ ਰਿਹਾ। ਪ੍ਰਾਈਵੇਟ ਨੇ, ਚਾਹੇ ਦੂਜੇ ਸਰਕਾਰੀ ਨੇ, ਚਾਹੇ ਸਹਿਕਾਰੀ ਨੇ, ਚਾਹੇ ਹੋਰ ਕੰਪਨੀਆਂ ਨੇ, ਜਿੱਦਣ ਵੇਰਕੇ ਨੂੰ ਕੁਛ ਹੋ ਗਿਆ ਉੱਦਣ ਰੇਟ ਨਹੀਂ ਮਿਲਣਾ ਹੈਗਾ। ਇਸ ਵੇਲੇ ਬੜੀ ਚੰਗੀ ਗੱਲ ਹੈ ਵੀ ਵੇਰਕਾ ਕੋਲ ਸਾਡੇ ਬਹੁਤ ਹੀ ਵਧੀਆ, ਹੁਣ ਤੱਕ ਸਭ ਤੋਂ ਵਧੀਆ ਜਿਹੜੇ MD ਨੇ, ਡਾਕਟਰ ਕਮਲ ਗਰਗ ਜੀ ਵੈਟਨੇਰੀਅਨ ਨੇ, ਬੜੀ ਚੰਗੀ ਤਰ੍ਹਾਂ ਸਮੱਸਿਆਵਾਂ ਸਮਝਦੇ ਉਹ ਨੇ। ਹੋਰ ਵੀ ਸਾਡੇ ਬਹੁਤ ਵਧੀਆ ਜਿਹੜੇ ਵੈਟਨਰੀ ਅਫਸਰ ਭਰਾ ਇਸ ਵੇਲੇ ਚੰਗੀਆਂ ਪੋਸਟਾਂ 'ਤੇ ਨੇ। ਸਮੱਸਿਆਵਾਂ ਹੈਗੀਆਂ, ਰਹਿਣਗੀਆਂ, ਹਰ ਸਮੱਸਿਆ ਦਾ ਹੱਲ ਹੁੰਦਾ ਜੇ ਅਸੀਂ ਕਰਨਾ ਚਾਹੀਏ। ਪਰ 2 ਰੁਪਏ ਦੇ ਲਾਲਚ ਨੂੰ ਜਦੋਂ ਅਸੀਂ ਛਾਲਾ ਮਾਰ ਕੇ ਦੂਜੀਆਂ ਕੰਪਨੀਆਂ ਕੋਲ ਜਾਂਦੇ ਹਾਂ ਨਾ, ਤਾਂ ਸਾਨੂੰ ਇਹ ਸੋਚ ਲੈਣਾ ਚਾਹੀਦਾ। ਬਹੁਤ ਜ਼ਿਆਦਾ ਕੁਛ ਕਹਿਣ ਨੂੰ ਨਹੀਂ ਹੈਗਾ, ਮੈਂ ਸਿਰਫ ਇਹੀ ਕਹੂੰਗਾ ਵੀ ਰਲ ਮਿਲ ਕੇ ਆਪਣੀ ਜਿਹੜੀ ਕੋਆਪਰੇਟਿਵ ਹੈ, ਆਪਣਾ ਜਿਹੜਾ ਅਦਾਰਾ ਹੈ, ਉਹਨੂੰ ਬਚਾਈਏ। ਜੇ ਵੇਰਕਾ ਨਾ ਬਚਿਆ ਤਾਂ ਕਿਸੇ ਨੇ ਵੀ ਨਹੀਂ ਬਚਣਾ, ਨਾ ਅਦਾਰੇ ਨੇ, ਨਾ ਧੰਦੇ ਨੇ, ਨਾ ਤੁਸੀਂ, ਨਾ ਅਸੀਂ। ਠੀਕ ਹੈ, ਧੰਨਵਾਦ ਜੀ, ਸਾਰਾ ਸਤਿ ਸ਼੍ਰੀ ਅਕਾਲ ਜੀ।